ਤੁਸੀਂ ਵੇਖ ਰਹੇ ਹੋ ਜਸ ਪੰਜਾਬੀ। ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਪਿਆਰ ਅਤੇ ਅਦਬ ਦੇ ਨਾਲ ਸਤਿ ਸ੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਜਸ ਕੈਮਰੇ ਦੀ ਨਜ਼ਰ। ਇਸ ਪ੍ਰੋਗਰਾਮ ਦੇ ਤਹਿਤ ਅਸੀਂ ਤੁਹਾਨੂੰ ਦਰਸਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੁਝ ਸਰਗਰਮੀਆਂ ਵਾਪਰੀਆਂ ਪਿਛਲੇ ਵੀਕ ਨਾਰਥ ਅਮਰੀਕਾ ਦੇ ਅੰਦਰ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਦੇ ਨਾਲ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜੀ ਹਾਂ, ਇਸ ਲੜੀ ਦੇ ਤਹਿਤ ਅੱਜ ਸਿੱਖ ਕੌਮ ਵਿਸ਼ਵ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੇ ਹੀ ਹਰਸ਼ੋਲਾਸ ਨਾਲ ਮਨਾ ਰਹੀ ਹੈ। ਫੇਅਰਫੈਕਸ ਗੁਰਦੁਆਰਾ ਸਿੰਘ ਸਭਾ ਵਿਖੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੇ ਹੀ ਹਰਸ਼ੋਲਾਸ ਨਾਲ ਮਨਾਇਆ ਗਿਆ। ਆਓ ਵੇਖਦੇ ਹਾਂ ਸਾਡੇ ਸਹਿਯੋਗੀ ਸਰਮੁਖ ਸਿੰਘ ਮਣਕੂ ਦੀ ਇਹ ਰਿਪੋਰਟ। ਭਈ ਮੈਂ ਸੁੱਤਾ ਉੱਠਿਆ, ਮੇਰੀਆਂ ਦੋਨੋਂ ਲੱਤਾਂ ਵੀ ਚੱਲ ਰਹੀਆਂ ਨੇ, ਇਹ ਤੇ ਕਮਾਲ ਹੀ ਹੋ ਗਿਆ। ਮੈਂ ਸ਼ੁਕਰਾਨਾ ਕਰਦਾ ਥੱਕ ਗਿਆ, ਪਰ ਮੈਂ ਕਿਸ ਕਿਸ ਚੀਜ਼ ਦਾ ਸ਼ੁਕਰ ਕਰਾਂ। ਫਿਰ ਉੱਥੇ ਵੀ ਬਸ ਨਹੀਂ ਕਰਦੇ ਕਿ ਮੈਂ ਖੜਾ ਹੋਇਆ ਦੋਨਾਂ ਹੱਥਾਂ ਨੂੰ ਜੋੜ ਕੇ ਧੰਨਵਾਦ ਕਰ ਸਕਿਆ। ਅੱਜ ਤਾਂ ਮੇਰੇ ਹੱਥ ਵੀ ਚੱਲ ਰਹੇ ਨੇ, ਹੋ ਸਕਦਾ ਅੱਜ ਕਿੰਨੇ ਹੀ ਹੋਣ ਜਿਨ੍ਹਾਂ ਦੇ ਅੱਜ ਤੋਂ ਬਾਅਦ ਕਦੇ ਹੱਥ ਨਹੀਂ ਚੱਲਣੇ। ਮੈਂ ਸ਼ੁਕਰ ਕੀਤਾ। ਤਾਂ ਫਿਰ ਅਸੀਂ ਕਿਸ ਚੀਜ਼ ਲਈ ਅੜ ਗਏ ਹਾਂ? ਉਹਨਾਂ ਚੀਜ਼ਾਂ ਲਈ ਜੋ ਕੂੜ ਨੇ। ਮੇਰਾ ਮਹਿਲ ਠੀਕ ਰੱਖੀ, ਮੇਰੇ ਮੰਡਪ ਠੀਕ ਰੱਖੀ, ਮੇਰਾ ਸਰੀਰ ਠੀਕ ਰੱਖੀ ਜੋ ਨਾਸਵਾਨ ਹੈ, ਜਿੱਥੇ ਗੁਰੂ ਸਾਹਿਬ ਨੇ ਦੁਨੀ ਚੰਦ ਨੂੰ ਵੀ ਕਹਿ ਦਿੱਤਾ ਇੱਕ ਸੂਈ ਤੱਕ ਅਸੀਂ ਅਗਾਂਹ ਨਹੀਂ ਲਿਜਾ ਸਕਦੇ, ਪਰ ਅੜੇ ਅਸੀਂ ਉਸੇ ਥਾਂ ਤੇ ਹਾਂ ਕਿ ਮੇਰਾ ਕਾਰੋਬਾਰ ਠੀਕ ਰੱਖੀ, ਮੇਰੀ ਮਾਇਆ ਵਧਾਈ ਜਾਈ, ਤੇ ਹੁਣ ਤੇ ਲਾਹਨਤ ਹੀ ਕਹਿ ਸਕਦੀਆਂ। ਅਸੀਂ ਅਰਦਾਸਾਂ ਵਿੱਚ ਇਹ ਵੀ ਕਹਿਣ ਲੱਗ ਗਏ ਕਿ ਜਿਸਨੇ ਮਾਇਆ ਟੇਕੀ ਉਹਦੇ ਲੰਗਰ ਉਹਦੇ ਖਜ਼ਾਨੇ ਭਰਪੂਰ ਰੱਖੀ। ਯਾਨੀ ਅਸੀਂ ਪੂਰਾ ਹੀ ਧਿਆਨ ਗੁਰੂ ਸਾਹਿਬ ਤੋਂ ਹਟਾ ਕੇ ਸਿਰਫ ਖਜ਼ਾਨਿਆਂ ਤੱਕ ਸੀਮਤ ਹੋ ਗਏ ਹਾਂ, ਜੋ ਹੈ ਹੀ ਕੂੜ, ਜਿਹਨੇ ਰਹਿ ਹੀ ਜਾਣਾ। ਤੇ ਨਤੀਜਾ ਅਸੀਂ ਜੋ ਉਮਰ ਭੋਗਣੀ ਸੀ 80 ਵਰੇ, ਅਸੀਂ 60 ਜਾਂ 50 ਤੇ ਤੁਰੀ ਜਾਂਦੇ ਹਾਂ। ਇਸ ਤੋਂ ਕੀਮਤੀ ਚੀਜ਼ ਹੋ ਕੀ ਸਕਦੀ? ਕਦੇ ਜ਼ਿੰਦਗੀ ਵਿੱਚ ਕਰਕੇ ਵੇਖਿਓ ਇੱਕ ਦਿਨ ਸੁੱਤੇ ਉੱਠੇ ਕਿ ਅੱਜ ਮੇਰੀਆਂ ਅੱਖਾਂ ਵੀ ਨੇ, ਮੇਰੇ ਹੱਥ ਵੀ ਚੱਲਦੇ ਨੇ, ਪੈਰ ਵੀ ਚੱਲਦੇ ਨੇ, ਮੈਂ ਖੜਾ ਵੀ ਹਾਂ, ਤੇ ਮੇਰੇ ਸਿਰ ਉੱਤੇ ਛੱਤ ਵੀ ਹੈ, ਤੇ ਮੇਰੇ ਕੋਲ ਇਸ ਵੇਲੇ ਦੋ ਵੇਲੇ ਖਾਣ ਨੂੰ ਰੋਟੀ ਵੀ ਹੈ। ਤਾਂ ਤੁਸੀਂ ਸਮਝ ਲਿਓ ਕਿ ਇਹ ਦਿਨ ਅਜਿਹਾ ਹੈ ਜਿਸ ਦਿਨ ਸਿਰਫ ਸ਼ੁਕਰ ਕਰ ਸਕਦੇ। ਤੁਸੀਂ ਦੁਨੀਆ ਦੇ ਚੋਟੀ ਦੇ ਸਿਰਫ 2% ਲੋਕਾਂ ਵਿੱਚ ਸ਼ਾਮਲ ਹੋ ਜਿਨ੍ਹਾਂ ਕੋਲ ਇਸ ਵੇਲੇ ਦੋ ਵੇਲੇ ਦੀ ਰੋਟੀ ਚ ਬੈਂਕ ਬੈਲੈਂਸ ਹੈ, ਕਾਰਾਂ ਵੀ ਨੇ, ਕੋਠੀ ਵੀ ਹੈ, ਤੇ ਤੁਹਾਡੇ ਕੋਲ ਘਰ ਦੇ ਵਿੱਚ ਪੁੱਤਰ ਜਾਂ ਧੀ ਦੀ ਦਾਤ ਵੀ ਮਿਲੀ ਹੈ। ਇਸ ਤੋਂ ਵੱਧ ਕੁਝ ਹੋਰ ਹੈ ਸ਼ੁਕਰਾਨਾ ਕਰਨ ਲਈ? ਚੋਟੀ ਦੇ 2%। ਅਫਸੋਸ ਹੁੰਦਾ ਜੇ ਇੱਥੇ ਆ ਕੇ ਜਦੋਂ ਮੈਂ ਡਾਕਟਰਾਂ ਕੋਲ ਜਾਵਾਂ ਤੇ ਲੋਕ ਕਹਿੰਦੇ ਨੇ ਕਿ ਅਮਰੀਕਾ ਵਿੱਚ ਵੱਸਦੇ ਇਸ ਵੇਲੇ ਜਿੰਨੇ ਵੀ ਸਾਡੇ NRI ਵੀਰ ਭੈਣ ਨੇ, ਇਹਨਾਂ 'ਚ ਡਿਪਰੈਸ਼ਨ ਦੀ ਬਿਮਾਰੀ ਸਿਖਰਾਂ ਤੇ। ਇਸ ਤੋਂ ਹੁਣ ਵੱਧ ਲਾਹਨਤ ਦੀ ਗੱਲ ਕੀ ਕਰਾਂ ਕਿ ਜਿੱਥੇ ਦੁਨੀਆ ਭਰ ਦੇ ਲੋਕ ਆਉਣ ਨੂੰ ਤਰਸਦੇ ਹੋਣ ਕਿ ਅਸੀਂ ਅਮਰੀਕਾ ਵਿੱਚ ਕਿਸੇ ਤਰੀਕੇ ਪਹੁੰਚ ਜਾਈਏ, ਉਹ ਭੋਲਿਓ, ਕਦੇ ਸ਼ੁਕਰਾਨਾ ਵੀ ਕਰਨਾ ਸਿੱਖੋ ਕਿ ਅਸੀਂ ਉਸ ਥਾਂ ਤੇ ਹਾਂ ਜਿੱਥੇ ਦੁਨੀਆ ਤਰਸਦੀ ਹੈ ਅਸੀਂ ਆਉਣਾ, ਤੇ ਉੱਥੇ ਹੁੰਦਿਆਂ ਚੋਟੀ ਦੇ ਦੁਨੀਆ ਦੇ 2% ਲੋਕਾਂ ਵਿੱਚ ਵੀ ਸ਼ਾਮਲ ਹਾਂ। ਤੇ ਸਾਡੇ ਕੋਲ ਕੁਦਰਤ ਨੇ ਇੰਨਾ ਕਿਹਾ ਕਿ ਅਸੀਂ ਦੇਣ ਜੋਗੇ ਹਾਂ, ਮੰਗ ਵੀ ਨਹੀਂ ਰਹੇ। ਇਸ ਤੋਂ ਵੱਡੀ ਦਾਤ ਹੋਰ ਹੋ ਕੀ ਸਕਦੀ? ਕਰਿਓ ਕਦੇ ਸ਼ੁਕਰ ਤਾਂ ਸਮਝ ਆਏਗਾ ਕਿ ਸਿੱਖ ਧਰਮ ਦੇ ਵਿੱਚ ਸ਼ੁਕਰਾਨਾ ਕਰਾਉਣਾ ਕਿਉਂ ਦੱਸਿਆ। ਜਿਸ ਦਿਨ ਸੁੱਤੇ ਉੱਥੇ ਸ਼ੁਕਰ ਕਰ ਗਏ, ਉਸ ਦਿਨ ਮੰਗ ਨਹੀਂ ਰਹਿਣਾ। ਕੁਝ ਹੋਰ ਇਸ ਤੋਂ ਇਲਾਵਾ ਚਾਹੀਦਾ ਹੀ ਨਹੀਂ ਕਿ ਜੇ ਅਸੀਂ ਜ਼ਿੰਦਾ ਹਾਂ ਤੇ ਹੋਰ ਫਿਰ ਕੀ ਕਰਨਾ? ਅਸੀਂ ਕਰ ਸਕਦੇ ਹਾਂ ਕੰਮ, ਸ਼ੁਕਰ ਹੈ ਵਾਹਿਗੁਰੂ ਮੈਂ ਆਪਣੇ ਹੱਥਾਂ ਨਾਲ ਕੰਮ ਕਰ ਸਕਦਾ, ਤਾਂ ਮਤਲਬ ਇਸ ਤੋਂ ਵੱਧ ਸ਼ੁਕਰਾਨਾ ਕਰਨ ਨੂੰ ਸਾਡੇ ਕੋਲ ਹੈ ਹੀ ਨਹੀਂ। ਮੈਂ ਇਹੀ ਮੰਜੇ ਤੇ ਅੱਡੀਆਂ ਰਗੜਦਾ ਹੁੰਦਾ ਅੱਜ ਤਾਂ ਉਹ ਚੰਗਾ ਸੀ, ਜਾਂ ਮੈਂ ਤੁਰ ਫਿਰ ਸਕਦਾ ਇਹ ਚੰਗਾ। ਇਸ ਤੋਂ ਵੱਡੀ ਚੀਜ਼ ਕੁਝ ਵੀ ਨਹੀਂ ਕਿ ਤੁਹਾਡੇ ਕੋਲ ਜ਼ਿੰਦਗੀ ਹੈ, ਸ਼ੁਕਰ ਕਰਨਾ ਸਿੱਖੀਏ, ਮੰਗਣਾ ਛੱਡ ਦੇਈਏ। ਪਰ ਜੇ ਮੰਗਣਾ ਹੈ ਤਾਂ ਸਿਰਫ ਸਰਬੱਤ ਦਾ ਭਲਾ, ਤੇ ਇਹਨਾਂ ਕਿ ਦੁੱਖ ਆਵੇ ਸੁੱਖ ਆਵੇ ਅਸੀਂ ਜਰ ਜਾਈਏ, ਨਾ ਸੁੱਖ ਵੇਲੇ ਭੁੜਕੀਏ ਤੇ ਨਾ ਦੁੱਖ ਵੇਲੇ ਪਿੱਟਣ ਬਹਿ ਜਾਈਏ। ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰੱਖੇ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੁਖ ਨ ਸਕੈ ਬਿਆਪ। ਤੇ ਕੱਲ ਰੋਜ਼ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ
ਪਾਵਨ ਪਵਿੱਤਰ ਪਹਿਲੇ ਪ੍ਰਕਾਸ਼ ਦਾ ਪੁਰਬ ਸੀ ਸਾਧ ਸੰਗਤ। ਦੇਖੋ ਦੁਨੀਆਂ ਦੇ ਵਿੱਚ ਸਾਰੇ ਮਜ਼ਹਬਾਂ ਕੋਲ ਕੋਈ 300 ਮਜ਼ਹਬ ਹੈ ਸੰਸਾਰ ਦੇ ਵਿੱਚ, ਉਹਨਾਂ ਕੋਲ ਆਪਣਾ ਆਪਣਾ ਕੋਈ ਨਾ ਕੋਈ ਗ੍ਰੰਥ ਹੈ। ਸਾਰਿਆਂ ਨੂੰ ਸਾਰਿਆਂ ਦੇ ਗ੍ਰੰਥ ਮੁਬਾਰਕ, ਸਾਨੂੰ ਇਸ ਗੱਲ ਨਾਲ ਕੋਈ ਗਿਲਾ ਨਹੀਂ ਹੈ। ਪਰ ਇਹ ਗੱਲ ਸੱਚ ਹੈ, ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਨੇ ਇੱਕ ਛੋਟੀ ਜਿਹੀ ਬੁੱਕ ਲਿਖੀ ਜਿਹਦੇ 'ਚ ਉਹਨਾਂ ਲਿਖਿਆ, ਸਰਵੋਤਮ ਧਰਮ ਗ੍ਰੰਥ ਆਦਿ ਗੁਰੂ ਗ੍ਰੰਥ ਸਾਹਿਬ। ਮੈਂ ਡਾਕਟਰ ਹਰਸ਼ਿੰਦਰ ਕੌਰ ਇੱਕ ਨਿਮਾਣੀ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਸਿੰਘ ਸਭਾ ਗੁਰਦੁਆਰਾ ਜਿੱਥੇ ਵਰਜੀਨੀਆ ਦੇ ਵਿੱਚ, ਜਿੱਥੇ ਮੈਨੂੰ ਕਮੇਟੀ ਮੈਂਬਰਸ ਨੇ ਮੈਨੂੰ ਸਮਾਂ ਦਿੱਤਾ ਕਿ ਤੁਹਾਡੇ ਸਾਰਿਆਂ ਨਾਲ ਵਿਚਾਰ ਸਾਂਝੇ ਕਰ ਸਕਾਂ। ਹੋ ਸਕਦਾ ਕਿ ਕੌੜਾ ਸ਼ਬਦ ਵਿੱਚ ਬੋਲਿਆ ਗਿਆ ਹੋਵੇ, ਪਰ ਮੇਰਾ ਮਕਸਦ ਸੀ ਕਿ ਮੈਂ ਜੋ ਸਾਡੇ ਮਨਾਂ ਵਿੱਚ ਦੂਰੀ ਹੌਲੀ ਹੌਲੀ ਹੋ ਰਹੀ, ਜੇ ਅਸੀਂ ਉਹ ਸਾਰੇ ਦੂਰ ਕਰਕੇ ਕਿਤੇ ਇੱਕਜੁੱਟ ਹੋ ਜਾਈਏ ਤਾਂ ਸਾਡੀ ਬਹੁਤ ਇੱਕ ਤਗੜੀ ਪਾਵਰ ਬਣ ਕੇ ਅਸੀਂ ਸਾਰੇ ਸਾਹਮਣੇ ਆ ਸਕਦੇ ਹਾਂ। ਅਤੇ ਇੱਕ ਸੁਨੇਹਾ ਤੁਹਾਡੇ ਰਾਹੀਂ ਦੇਣਾ ਚਾਹੁੰਦੀ ਹਾਂ ਕਿ ਦੁਨੀਆ ਭਰ ਵਿੱਚ ਜਿੱਥੇ ਵੀ ਕਿਤੇ ਕੋਈ ਉਸ ਗੁਰੂ ਦਾ ਸਿੱਖ ਵੱਸਦਾ ਹੈ, ਉਸ ਮੁਲਕ ਨੂੰ ਮਾਣ ਹੋਣਾ ਚਾਹੀਦਾ ਕਿ ਇੰਨੀ ਇੱਥੇ ਸਿਰਲੱਥ ਕੌਮ ਖੜੀ ਹੈ ਜੋ ਨਾ ਸਿਰਫ ਇਕਨੋਮਿਕ ਗਰੋਥ ਵਿੱਚ ਉਸ ਕੰਟਰੀ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ, ਬਲਕਿ ਜਾਨ ਤੱਕ ਵਾਰ ਦਿੰਦੀ ਹੈ ਉਸ ਮੁਲਕ ਵਿੱਚ ਜਿੱਥੇ ਉਹ ਖੜੀ ਹੋਵੇ, ਕਿਉਂਕਿ ਇਹ ਦਾਤ ਸਾਨੂੰ ਆਪਣੇ ਗੁਰੂ ਕੋਲੋਂ ਮਿਲੀ ਹੈ। ਹੁਣ ਵਧਦੇ ਹਾਂ ਅਗਲੀ ਖਬਰ ਦੇ ਵੱਲ। ਆਰਲਿੰਗਟਨ ਵਰਜੀਨੀਆ ਵਿਖੇ ਟਾਈਮਲੈਸ ਟੀਚਿੰਗ ਆਫ ਗੁਰੂ ਨਾਨਕ ਦੇਵ ਜੀ ਦਾ ਸਿੰਪੋਜ਼ੀਅਮ ਬੜੇ ਹੀ ਹਰਸ਼ੋਲਾਸ ਨਾਲ ਮਨਾਇਆ ਗਿਆ। ਵੱਖ ਵੱਖ ਗੁਰਦੁਆਰਾ ਸਾਹਿਬਾਨ ਦੀ ਅਤੇ ਵੱਖ ਵੱਖ ਔਰਗਨਾਈਜੇਸ਼ਨਸ ਦੀ ਪੈਰੋਕਾਰ ਅਤੇ ਤਮਾਮ ਹਸਤੀਆਂ ਇੱਥੇ ਪਹੁੰਚੀਆਂ। ਕੀ ਕੁਝ ਇਸ ਪ੍ਰੋਗਰਾਮ ਦੇ ਵਿੱਚ ਸੰਬੋਧਨ ਕੀਤਾ ਗਿਆ, ਆਓ ਵੇਖਦੇ ਹਾਂ ਸਾਡੇ ਸਹਿਯੋਗੀ ਸਰਮੁਖ ਸਿੰਘ ਮਣਕੂ ਦੀ ਇਹ ਰਿਪੋਰਟ। ਗੁਰੂ ਨਾਨਕ ਦੀਆਂ ਉਦਾਸੀਆਂ ਦਾ ਤਾਂ ਆਪਾਂ ਬਹੁਤ ਕਥਾਵਾਚਕ ਵੀ ਅਤੇ ਪ੍ਰਚਾਰਕ ਵੀ ਗੁਰਦੁਆਰਿਆਂ 'ਚ ਬਹੁਤ ਜ਼ਿਕਰ ਕਰਦੇ ਹਾਂ। ਸੰਗਤਾਂ ਬੈਠੀਆਂ ਬੜੇ ਬੜੇ ਵੱਡੇ ਜਕਾਰੇ ਲਾਉਂਦੀਆਂ, ਬੋਲੇ ਸੋ ਨਿਹਾਲ ਦੇ। ਕਦੇ ਗੁਰੂ ਦੀਆਂ ਉਦਾਸੀਆਂ ਦਾ ਮਤਲਬ ਸਮਝਿਆ ਕੀ ਹੈ? ਦੁਨੀਆਂ 'ਤੇ ਹੁਣ ਇੰਟਰਫੇਸ ਡਾਇਲੋਗ ਕਰਨ ਲੱਗੀ ਆ ਨਾ, ਗੁਰੂ ਨਾਨਕ ਮੋਢੀ ਹੈ ਉਸ ਇੰਟਰਫੇਸ ਡਾਇਲੋਗ ਦਾ। ਮੁਹੰਮਦ ਸਾਹਿਬ ਕਿਸੇ ਹੋਰ ਧਰਮ ਦੇ ਬੰਦੇ ਕੋਲ ਨਹੀਂ ਗਏ ਧਰਮ ਇਸਲਾਮ ਦੇ ਬਾਰੇ ਦੱਸਣ। ਜੀਸਸ ਕ੍ਰਾਈਸਟ ਕਿਸੇ ਸਵਾਏ ਆਪਣੇ ਜਿਹੜੀ ਉਹਨਾਂ ਦੇ ਸੀਗੇ ਡਿਸਾਈਪਲਸ, ਉਹਨਾਂ ਦੇ ਇਲਾਵਾ ਕਿਸੇ ਹੋਰ ਧਰਮ ਦੇ ਬੰਦੇ ਨਾਲ ਜਾ ਕੇ ਉਹਨਾਂ ਅੰਗੇਜ ਨਹੀਂ ਕੀਤਾ। ਇੱਕ ਵਾਹਿਦ ਗੁਰੂ ਨਾਨਕ ਹੈ ਇਨਸਾਨ ਦੇ ਇਤਿਹਾਸ ਦੇ ਵਿੱਚ, ਜਿਹੜਾ ਮੱਟਾਂ 'ਤੇ ਵੀ ਗਿਆ, ਜਿਹੜਾ ਮੱਕੇ ਵੀ ਗਿਆ, ਜਿਹੜਾ ਬਗਦਾਦ ਵੀ ਗਿਆ, ਪਰ ਅੱਜ ਉਸੇ ਗੁਰੂ ਨਾਨਕ ਦੀ ਨਾਮ ਲੇਵਾ ਕੌਮ ਇੱਕ ਦੂਸਰੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ। ਅਸੀਂ ਇੰਟਰਫੇਥ ਦੀ ਤਾਂ ਬੜੀ ਗੱਲ ਕਰ ਰਹੇ ਹਾਂ, ਸਿੱਖਾਂ ਨੂੰ ਤਾਂ ਇੰਟਰਾਫੇਥ ਦੀ ਲੋੜ ਹੈ ਗੁਰੂ ਦੇ ਸਿਧਾਂਤ 'ਤੇ ਚੱਲਦਿਆਂ ਹੋਏ। ਅਸੀਂ ਕਹਿੰਦੇ ਹਾਂ ਵੀ ਮੈਂ ਤਾਂ ਉਹਦੇ ਨਾਲ ਨਹੀਂ ਜਾਣਾ ਜੀ, ਉਹ ਕੀ ਕਰ ਰਿਹਾ ਜੀ, ਮੈਂ ਤਾਂ ਬਹੁਤ ਵਧੀਆ ਕੰਮ ਕਰ ਰਿਹਾ। ਅੱਜ ਇੱਕ ਸਿੱਖ ਦੂਸਰੇ ਸਿੱਖ ਨਾਲ ਬਹਿਣ ਨੂੰ ਤਿਆਰ ਨਹੀਂ ਹੈ, ਇੱਕ ਜਥੇਬੰਦੀ ਦੂਸਰੇ ਜਥੇਬੰਦੀ ਨਾਲ ਕੰਮ ਕਰਨ ਨੂੰ ਤਿਆਰ ਨਹੀਂ। ਅਤੇ ਗੱਲ ਕਰ ਰਹੇ ਹਾਂ ਅਸੀਂ ਉਦਾਸੀਆਂ, ਮੇਰੀਆਂ ਉਦਾਸੀਆਂ ਕੋਈ ਕਹਾਣੀਆਂ ਕਿਸੇ ਨਹੀਂ ਹੈਗੇ, ਉਹਦੇ ਵਿੱਚ ਗੁਰੂ ਤੁਹਾਡੇ ਲਈ ਇੱਕ ਸੁਨੇਹਾ ਛੱਡ ਕੇ ਗਿਆ, ਉਸ ਸੁਨੇਹੇ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਲੰਗਰ ਦੀ ਗੱਲ ਕਰ ਰਹੇ ਹਾਂ, ਉਹ 20 ਰੁਪਈਆਂ ਦਾ ਲੰਗਰ ਤਾਂ ਸਾਨੂੰ ਯਾਦ ਰਿਹਾ, ਅਸੀਂ ਕਹਿੰਦੇ ਹਾਂ ਗੁਰੂ ਦਾ ਚਲਾਇਆ ਲੰਗਰ ਹੈ, ਇਹ ਕਦੇ ਨਹੀਂ ਮੁੱਕਣਾ, ਪਰਮਾਤਮਾ ਕਰੇ ਕਦੇ ਨਾ ਮੁੱਕੇ। ਗੁਰੂ ਨਾਨਕ ਦੇ ਸਮੇਂ ਦੇ 20 ਰੁਪਈਏ ਅੱਜ ਦੇ 20 ਰੁਪਈਏ ਨਹੀਂ, ਇੰਡੀਅਨ ਰੁਪੀਸ ਜਾਂ ਪਾਕਿਸਤਾਨੀ ਰੁਪੀਸ ਨਹੀਂ 20 ਰੁਪਈਏ ਦੇ, ਜਿਹਦੇ ਨਾਲ ਹੁਣ ਟੋਫੀ ਵੀ ਨਹੀਂ ਆਉਂਦੀ। ਇਨਫਲੇਸ਼ਨ ਦੀ ਕੈਲਕੂਲੇਸ਼ਨ ਕਰਕੇ ਵੇਖੋ, ਗੁਰੂ ਨਾਨਕ ਦੇ 20 ਰੁਪਈਏ ਅੱਜ ਦੇ 2.5-3 ਲੱਖ ਘੱਟ ਤੋਂ ਘੱਟ ਨੇ, ਹਾਫ ਅ ਮਿਲੀਅਨ ਕਹਿ ਲਓ, ਰੁਪਈਆਂ ਦੇ ਬਰਾਬਰ ਹੋਣਗੇ। ਗੁਰੂ ਨਾਨਕ ਨੇ ਕਿਸੇ ਕੋਲ ਜਾ ਕੇ ਮੰਗੇ ਨਹੀਂ ਕਿ ਭਾਈ ਮੈਂ ਲੰਗਰ ਚਲਾਉਣ ਲੱਗਾ ਜ਼ਰਾ ਹਿੱਸਾ ਪਾਇਓ ਜੀ, ਸੰਗਤ ਜੀ ਇਹ ਲੋੜ ਪੈ ਗਈ ਹੈ ਪੈਸਾ ਦਿਓ ਜੀ। ਗੁਰੂ ਨਾਨਕ ਦੇ ਪਿਓ ਨੇ ਜੋ ਕੁਛ ਉਹਦੀ ਕਮਾਈ ਸੀ ਜਿਹੜੀ ਗੁਰੂ ਨਾਨਕ ਦੇ ਹਵਾਲੇ ਕੀਤੀ ਸੀ, ਉਹਨੇ ਸਰਬੱਤ ਦੇ ਭਲੇ ਲਈ ਉਸ ਲੰਗਰ 'ਚ ਪਾ ਦਿੱਤੀ ਸੀ। ਉਹਨੇ ਲੰਗਰ ਦੀ ਜਿਹੜੀ ਪ੍ਰਥਾ ਚਲਾਈ ਸੀ ਗੁਰੂ ਨਾਨਕ ਨੇ, ਉਹ ਕੋਈ 5-star ਰੈਸਟੋਰੈਂਟ ਨਹੀਂ ਸੀ, ਮਾਫ਼ ਕਰਿਓ। ਅੱਜ ਲੰਗਰ ਕੀ ਹੋ ਗਿਆ, ਫਿਰ ਰਾਜਦਿਆਂ ਨੂੰ ਰਜਾਓ, ਜਿਨ੍ਹਾਂ ਦੇ ਘਰ ਦੇ ਫਰਿੱਜ ਭਰੇ ਪਏ ਆ ਉਹ ਗੁਰਦੁਆਰੇ ਫੋਨ ਕਰਕੇ ਪੁੱਛਦੇ ਭਾਈ ਸਾਹਿਬ ਅੱਜ ਬਣਨਾ ਕੀ ਹੈ ਗੁਰਦੁਆਰੇ 'ਚ, ਗੁਰਦੁਆਰਾ ਨਾ ਹੋ ਗਿਆ ਰੈਸਟੋਰੈਂਟ ਹੋ ਗਿਆ। ਇਹ ਜਿਹੜੇ ਬੰਦੇ ਬਾਹਰ ਬੈਠੇ ਨਾ ਹੋਮਲੈਸ ਤੁਹਾਡੀਆਂ ਗਲੀਆਂ ਦੇ ਵਿੱਚ, ਲੰਗਰ ਇਹਨਾਂ ਵਾਸਤੇ ਆ, ਤੁਹਾਡੇ ਵਾਸਤੇ ਨਹੀਂ। ਖਾਲਸਾ ਜੀ, ਆਈ ਫੁੱਲੀ ਇੰਡੋਰਸ ਦਾ ਆਈਡੀਆਜ਼ ਗਿਵਨ ਬਾਈ ਡਾਕਟਰ ਸੀਮਾ, ਦ ਪ੍ਰਿੰਸੀਪਲ ਆਮ
ਸਾਡੇ ਬਲੱਡ ਸਟ੍ਰੀਮ ਚੱਲ ਰਿਹਾ, ਰੌਲਾ ਪਾ ਕੇ ਅਸੀਂ ਸਲਿਊਸ਼ਨ ਲੱਭਦੇ ਹਾਂ। ਅਕਲ ਦੀ ਗੱਲ ਤੋਂ ਗੁਰੇਜ ਕਰਨਾ ਅਤੇ ਨਾਰਿਆਂ ਦੇ ਵਿੱਚ ਸਾਰਾ ਕੁਝ ਗਵਾ ਦੇਣਾ। ਪਰ ਮੈਂ ਕਿਸੇ ਵੀ ਇੰਡੀਵਿਜੁਅਲ ਦੀ ਕਦੇ ਗੱਲ ਨਹੀਂ ਕਰਾਂਗਾ, ਕਿਉਂਕਿ ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ। ਸਾਡੇ ਗਲਿਆਂ 'ਚ ਕਈ ਵਾਰੀ ਜਕਾਰੇ ਫਸ ਜਾਂਦੇ ਆ ਅਤੇ ਅਸੀਂ ਉਹ ਜਕਾਰਾ ਕੱਢਣਾ ਹੁੰਦਾ ਜਿਸ ਤਰ੍ਹਾਂ ਮਰਜ਼ੀ ਨਿਕਲ ਜਾਏ, ਭਾਵੇਂ ਉਹਦੇ ਪਿੱਛੇ ਬਿਲਕੁਲ ਕੋਈ ਮੀਨਿੰਗ ਨਾ ਹੋਵੇ ਔਰ ਕੋਈ ਉਹਦੇ ਪਿੱਛੇ ਬੈਕਗਰਾਊਂਡ ਸਟਰੈਟਜੀ, ਕੋਈ ਪਲੈਨਿੰਗ, ਕੋਈ ਅਕੰਪਲਿਸ਼ਮੈਂਟ, ਨਾਟ ਐਟ ਆਲ। ਮੈਂ ਉਹ ਲੋਕ ਵੇਖੇ ਆ ਜਿਨ੍ਹਾਂ ਨੇ ਜਕਾਰੇ ਲਾ ਕੇ ਮਾਹੌਲ ਨੂੰ ਇੰਨਾ ਖਰਾਬ ਕਰ ਦਿੱਤਾ ਅਤੇ ਬਾਅਦ ਦੇ ਵਿੱਚ ਉਹਨਾਂ ਦੀਆਂ ਰਿਸਰਚ ਕੀਤੀ ਉਹਨਾਂ ਦੇ ਬੈਕਗਰਾਊਂਡ ਦੀ ਅਤੇ ਅਕੰਪਲਿਸ਼ਮੈਂਟ ਜ਼ੀਰੋ। ਸੋ ਆਓ ਇਹਨਾਂ ਦੇ ਸ਼ਬਦਾਂ ਨੂੰ ਆਪਣੇ ਹਿਰਦੇ 'ਚ ਵਸਾ ਕੇ ਗੁਰੂ ਦੀ ਉਸ ਡੂੰਘੀ ਫਿਲਾਸਫੀ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਜਿੱਥੇ ਮਾਨਸ ਕੀ ਜਾਤ ਸਭੇ ਏਕ ਹੀ ਪਹਿਚਾਣ। ਗੁਰੂ ਨਾਨਕ ਦੇ ਫਲਸਫੇ ਦੇ ਮੁਤਾਬਕ ਭੁੱਖਿਆਂ ਦੇ ਕੋਲ ਫੂਡ, ਨੰਗਿਆਂ ਦੇ ਕੋਲ ਕੱਪੜੇ, ਇਹ ਸਿੱਖੀ ਸਿਧਾਂਤ ਆ ਜਿਹੜਾ ਚੀਮੇ ਹੋਰਾਂ ਵੀ ਥੋੜ੍ਹਾ ਚਿਰ ਪਹਿਲਾਂ ਦੱਸਿਆ ਤੁਹਾਨੂੰ ਕਿ ਰੱਜਿਆਂ ਨੂੰ ਰਜਾਉਣ ਨਾਲ ਗੱਲ ਨਹੀਂ ਬਣਨੀ, ਭੁੱਖਿਆਂ ਨੂੰ ਖਵਾਉਣ ਨਾਲ ਗੱਲ ਬਣ ਸਕਦੀ ਆ। ਮੇਰੀ ਮੁਰਾਦ ਆ ਬਹੁਤ ਹੀ ਸਤਿਕਾਰਯੋਗ ਅਤੇ ਇੱਕ ਬਹੁਤ ਸੰਜੀਦਗੀ ਵਾਲੀ ਮੂਰਤ, ਇੱਕ ਉਹ ਇਨਸਾਨ ਜਿਨ੍ਹਾਂ ਨੇ ਸਾਨੂੰ ਇੱਕ ਖਾਬ 'ਚੋਂ ਫਿਰ ਦੁਬਾਰਾ ਜਗਾਉਣ ਦੀ ਕੋਸ਼ਿਸ਼ ਕੀਤੀ ਆ। ਰਵੀ ਸਿੰਘ ਖਾਲਸਾ ਫਰੋਮ ਖਾਲਸਾ ਏਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਾਈਮ ਬਹੁਤ ਘੱਟ ਆ, ਇਸ ਵੇਲੇ ਟਾਈਮ ਦਾ ਸਮਾਂ ਮੇਰੇ ਖਿਆਲ 5 ਵਜੇ ਲੱਗੇ ਆ ਅਤੇ ਸਾਡਾ ਵੀ ਗਾਂਹ ਪ੍ਰੋਗਰਾਮ ਹੈਗਾ ਆ, ਸੋ ਉਹ ਵੀ ਖਿਆਲ ਰੱਖਣਾ ਪੈਣਾ। ਜਦੋਂ ਅਸੀਂ ਪਹਿਲਾਂ ਇੱਕ ਗੱਲ ਕਲੀਅਰ ਕਰ ਲਈਏ ਥੋੜ੍ਹੀ ਜਿਹੀ, ਮੇਰਾ ਖਿਆਲ ਕਈ ਵਾਰੀ ਗੱਲਾਂ ਸੁਣਨੀਆਂ ਪੈਂਦੀਆਂ ਅਨਇੰਟੈਂਸ਼ਨਲੀ, ਵੀ ਅਸੀਂ ਕਿਸੇ ਮੁਸਲਮਾਨ ਦੀ ਮਦਦ ਕੀਤੀ, ਕਿਸੇ ਈਸਾਈ ਦੀ, ਕਿਸੇ ਹਿੰਦੂ ਦੀ, ਅਸੀਂ ਇਨਸਾਨ ਦੀ ਮਦਦ ਕਰਦੇ ਹਾਂ, ਫਿਰ ਸਾਨੂੰ ਕੋਈ ਧਰਮ ਦਿਸਦਾ ਉਹਦੇ ਵਿੱਚ। ਜੋ ਸਾਡੇ ਬਾਬੇ ਗੁਰੂ ਨਾਨਕ ਨੇ ਕਿਹਾ ਵੀ ਸਾਰੇ ਸਰਬਾਤੇ ਭਲੇ ਦਾ ਇਨਸਾਨ ਆ, ਅਤੇ ਉਹ ਸਾਨੂੰ ਇਨਸਾਨ ਦਿਸਦੇ। ਜੇ ਅਸੀਂ ਕਹੀਏ ਵੀ ਅੱਜ ਅਸੀਂ ਉੱਥੇ ਜਾਂ ਇਰਾਕ ਜਾਂ ਟਰਕੀ ਜਾਂ ਲੈਬਨਨ ਕਿਸੇ ਮੁਸਲਮਾਨ ਦੀ ਮਦਦ ਕਰਦੇ ਹਾਂ, ਅਤੇ ਅਸੀਂ ਆਪਣਿਆਂ ਨੂੰ ਮਿਸਰੈਪ੍ਰਜੈਂਟ ਕਰਦੇ ਹਾਂ, ਕਿਉਂਕਿ ਜਿਹੜੀ ਮਦਦ ਕਰਦੇ ਹਾਂ ਸਾਰਿਆਂ ਦੀ ਬਰਾਬਰ ਤੌਰ 'ਤੇ ਕਰਦੇ ਹਾਂ। ਅਤੇ ਜਿਹੜੀ ਖਾਲਸਾ ਏਡ ਸ਼ੁਰੂ ਹੋਈ ਸੀ 99 ਵਿੱਚ, 99 ਦੇ ਵਿੱਚ, ਉਹ ਵੀ ਇੱਥੋਂ ਹੀ ਸ਼ੁਰੂ ਹੋਈ ਸੀਗੀ। ਅਸੀਂ ਰੱਜਿਆਂ ਨੂੰ ਖਾਈ ਜਾਂਦੇ ਹਾਂ, ਜਿੱਥੇ ਵੀ ਨਗਰ ਕੀਰਤਨ ਸਿੱਖਾਂ ਦਾ ਹੁੰਦਾ ਤੁਹਾਨੂੰ ਪਤਾ ਕਿੰਨਾ ਖਾਣਾ ਵੇਸਟ ਹੁੰਦਾ। ਜਿੱਥੇ ਵੀ ਨਗਰ ਕੀਰਤਨ ਹੁੰਦਾ ਖਾਣਾ ਉਹਨਾਂ ਨੂੰ ਮਿਲਦਾ ਜਿਹਨਾਂ ਨੂੰ ਜਿਹੜੇ ਕੋਲ ਸਭ ਕੁਛ ਹੈਗਾ, ਜਿਹੜੇ ਘਰ ਫਰਿੱਜਾਂ ਭਰੀਆਂ, ਬੈਂਕ ਬੈਲੈਂਸ ਸਾਰਾ ਕੁਛ ਹੈਗਾ। ਤਾਂ ਹੁਣ ਮੈਨੂੰ ਸੁਨੇਹੇ ਆਉਂਦੇ ਆ, ਅਸੀਂ 5.5 ਸਾਲ ਮਨਾਉਣਾ ਤੁਸੀਂ ਸਾਨੂੰ ਸਾਡੇ ਗੁਰਦੁਆਰੇ ਸਾਹਿਬ ਆ, ਪਰ ਜੇ ਤੁਸੀਂ ਕੁਛ ਕਰਨਾ ਨਹੀਂ ਗਾ ਦੁਨੀਆਂ ਵਿੱਚ ਜਾ ਕੇ, ਲੜਾਈਆਂ ਝਗੜੇ 'ਚ ਰਹਿ ਗਏ ਤੁਸੀਂ, ਗੁਰਦੁਆਰੇ 4 ਜਿਹੜੇ ਦਰਵਾਜ਼ੇ ਆ ਕੀ ਮਤਲਬ ਹੈ ਚੇਤਾ ਭੁੱਲ ਗਿਆ ਤੁਹਾਨੂੰ, ਇੱਥੇ ਹੀ ਝਗੜੇ ਰਹਿਣੇ, ਲੋਕਾਂ ਨੂੰ ਕੀ ਪਤਾ ਹੋਊਗਾ ਤੁਸੀਂ ਕੌਣ ਹੋ, ਤੁਹਾਡੀਆਂ ਵਿੰਡੋ ਤੋੜਦੇ ਗੁਰਦੁਆਰੇ ਦੀਆਂ, ਗੁਆਂਢੀ ਜਿਹੜੇ ਤੁਹਾਡੇ ਰੇਸਿਸ ਗੋਰੇ ਕਿਉਂ ਤੋੜਦੇ ਆ, ਉਹਨੂੰ ਪਤਾ ਨਹੀਂ ਤੁਸੀਂ ਕੌਣ ਆ। ਜੇ ਤੁਸੀਂ ਕੁਛ ਗਰੀਬਾਂ ਲਈ ਕੁਛ ਕਰੋਗੇ, ਇਨੀਸ਼ੀਟਿਵ ਲਾਂਚ ਕਰੋਗੇ, ਪ੍ਰੋਜੈਕਟਸ ਸੋਸ਼ਲ ਜਸਟਿਸ ਡਿਲੀਵਰ ਕਰੋਗੇ, ਸੋਸ਼ਲ ਵਰਕਸ਼ੋਪ ਸੈਟਅਪ ਕਰੋਗੇ, ਇਕੱਲਾ ਲੰਗਰ ਵੀ ਨਹੀਂ ਗਾ ਹੁਣ, ਸਾਰਾ ਕੁਛ ਕਰ ਸਕਦੇ, ਲੋਕਾਂ ਨੂੰ ਆਪ ਹੀ ਲੱਗ ਜਾਣਾ ਪਤਾ ਤੁਸੀਂ ਕੌਣ ਆ। ਇੱਕ ਓਂਕਾਰ ਔਰਗੇਨਾਈਜੇਸ਼ਨ ਵੱਲੋਂ ਕੱਲ੍ਹ ਵਾਸ਼ਿੰਗਟਨ DC ਵਿੱਚ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਨੈਸ਼ਨਲ ਮਾਲ 'ਤੇ ਪ੍ਰੋਗਰਾਮ ਕਰਵਾਇਆ ਗਿਆ। ਉਸੇ ਔਰਗੇਨਾਈਜੇਸ਼ਨ ਵੱਲੋਂ ਅੱਜ ਅਰਲਿੰਗਟਨ ਵਰਜੀਨੀਆ ਵਿਖੇ ਜੋ ਉਸ ਵਿੱਚ ਸਪੀਕਰ ਸਾਹਿਬਾਨ ਪਹੁੰਚੇ ਸਨ, ਉਹਨਾਂ ਦੇ ਲਈ ਇੱਕ ਸੰਪੋਜ਼ੀਅਮ ਦਾ ਇੰਤਜ਼ਾਮ ਕੀਤਾ ਗਿਆ, ਜਿਸ ਦੇ ਵਿੱਚ ਜਿਹੜੇ ਸਪੀਕਰ ਰਵੀ ਸਿੰਘ ਜੀ ਖਾਲਸਾ, ਡਾਕਟਰ ਹਰਸ਼ਿੰਦਰ ਕੌਰ, ਡਾਕਟਰ ਜਿਹਿੰਦਰ ਸਿੰਘ ਕਾਰੋਂ, ਸਿੱਧੂ ਦਮਦਮੀ ਅਤੇ ਇਫਤਕਾਰ ਚੀਮਾ ਜੀ ਪਹੁੰਚੇ ਅਤੇ ਉਹਨਾਂ ਨੇ ਅੱਜ ਸੰਗਤਾਂ ਨੂੰ ਬਹੁਤ ਹੀ ਵਿਸਥਾਰ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਦੀਆਂ ਟੀਚਿੰਗਸ ਬਾਰੇ ਦੱਸਿਆ। ਸੋ ਸਾਰੀਆਂ ਸੰਗਤਾਂ ਨੇ ਬਹੁਤ ਹੀ ਆਨੰਦ ਦੇ ਨਾਲ ਪ੍ਰੋਗਰਾਮ ਨੂੰ ਸੁਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।
ਤੇ ਉੱਥੇ ਹੀ ਹਿੰਦੂ ਭਾਈਚਾਰੇ ਨੇ ਗਣਪਤੀ ਬਾਬਾ ਮੋਰਿਆ ਦੇ ਨਾਰੇ ਲਾਏ। ਨਾਰਥ ਅਮਰੀਕਾ ਦੇ ਵਿੱਚ ਵੁੱਡਬ੍ਰਿਜ ਨਿਊ ਜਰਸੀ ਵਿਖੇ ਕੀ ਕੁਝ ਤਸਵੀਰਾਂ ਕੈਦ ਹੋਈਆਂ, ਆਓ ਵੇਖਦੇ ਹਾਂ ਸਾਡੇ ਡਾਇਰੈਕਟਰ ਬ੍ਰੌਡਕਾਸਟਿੰਗ ਦੀਪਕ ਧੀਮਾਨ ਹੋਰਾਂ ਦੀ ਇਹ ਰਿਪੋਰਟ। गणपति बप्पा मोरिया, भाइयों और बहनों, आपका जस टीवी देख रहे सभी दर्शकों का बहुत बहुत स्वागत है। मैं हूं आपकी होस्ट नताशा। और जी हाँ जी, जैसे कि आप सबको पता है कि गणेश फेस्टिवल चल रहा है, और इंडिया में नहीं बल्कि अमेरिका में भी यह फेस्टिवल बड़े जोरों शोरों से मनाया जा रहा है। और ये फेस्टिवल न्यू जर्सी वुडब्रिज सेंट्रल मॉल में मनाया जा रहा है। ਫਿਲਹਾਲ ਜਸ ਕੈਮਰੇ ਦੀ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ। ਜੀ ਹਾਂ, ਲੇਕਿਨ ਜਾਂਦੇ ਜਾਂਦੇ ਮੈਂ ਇੱਕ ਅਪੀਲ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਰਾਂਗਾ। ਜੇਕਰ ਤੁਹਾਡੇ ਕੋਲ ਵੀ ਹਨ ਅਜਿਹੀਆਂ ਸਟੋਰੀਜ਼ ਤਾਂ ਤੁਸੀਂ ਸਾਨੂੰ ਭੇਜ ਸਕਦੇ ਹੋ info@justbroadcasting.com, harkeerat@justbroadcasting.com ਦੇ ਉੱਤੇ। ਤੁਹਾਡੀ ਭੇਜੀ ਹੋਈ ਸਟੋਰੀਜ਼ ਨੂੰ ਅਸੀਂ ਜ਼ਰੂਰ ਲਗਾਵਾਂਗੇ ਇਸ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਂ ਹੈ ਜਸ ਕੈਮਰੇ ਦੀ ਨਜ਼ਰ। ਸਤਿ ਸ਼੍ਰੀ ਅਕਾਲ, ਧੰਨਵਾਦ।